तेरी सुन सुन होवे परम गत मेरी, सुन सुन होवे परम गत मेरी। गुरु प्यारी सतसंगतियो, वाहिगुरु जी का खालसा, वाहिगुरु जी की फतेह। धन गुरु नानक साहिब, जदों सिद्धां नाल गलबात करदे आ तो सिद्धां ने एक सवाल खड़ा किया है। सवाल की सी, हे नानक, जे आप जी भी जोगी हो, फकीर हो, तो फिर फकीरां दा लिबास किथे है? कन्ना विच मंदरावां चाहीदियां ने, ते मोढ़े ते झोली होवे, हथ विच डंडा होवे, पिंडे नूं सवा मल्ली होवे, ते इन्हां विच आप जी दे कोल तां कुछ भी नहीं। तो धन गुरु नानक साहिब महाराज कहिंदे हन, हे जोगी हो, पहलां ये दसो, जोग तन दा है जां जोग मन दा है? जे किधरे जोग तन दा होवे तो इस तन ने अज नहीं तो कल खत्म हो जाना है। ते जेकर जोग मन दा कीता है ते फिर मन दे जड़े वख वख किस्म दे प्रतीक चाहिए ने, चिन्ह चाहिए ने, वो तो मेरे कोल हन। ते जोगियों नू बाहर दे चिन्ह दिस रहे ने, कन्ना विच मुंदरावां नहीं हैं, हथ विच डंडा नहीं है, पिंडे ते स्वाह नहीं मिली, ते ये सारे दे सारे चिन्ह किथे ने? गुरु नानक साहब कहण लगे, ये सारे चिन्ह मेरे कोल मौजूद हैं, पर तन दे नहीं, मन दे चिन्ह मौजूद। केड़े केड़े चिन्ह? तो आप जी दी रसना चो मुबारक बोल निकले, जीवन विच संतोख धारण कर लेना, एक कन्ना विच मंदरावां, कि जितना कुछ मिलिया है बस उसका धन्यवाद, उसका शुकराना। कहिंदे ने जिहड़ा मनुख संतोखी है, ठीक अर्थां दे विच तां उही धार्मिक है, संतोख। पर आप जी नूं मैं ये भी अर्ज करां, जिथे जिथे मनुख बैठा है अपने मुकाम ते, अपने तल ते, ते गुरमुखां नूं छड्ड के बाकी कोई संतुष्ट नहीं है, गुस्ताखी माफ। मनुख होर उच्चा जाना चाहता है, होर उच्चा जाना चाहता है, होर उच्चा। जेकर मनुख सब तो उत्तम तल ते पहुंचिया होवे, ओ अगे फिर कित्थे जाएगा? क्योंकि हुण उस तो बाद तो सीमा ही खत्म हो गई, अगे कित्थे जाएगा? लेकिन वह भी चिंता विच है, वह भी परेशान है। जीवन विच संतोख ये निशानी है धार्मिक पुरुष की, ये मेरे कोल मौजूद है, गुरु नानक साहब कहते हैं। फिर मेहनत करना, किरत करके खाना, कहते ने ये झोली है, मंग के नहीं खाना। और जिथों तक मेरी निगाह गई है
ਅਤੇ ਆਪ ਜੀ ਦੀ ਵੀ ਨਿਗਾਹ ਜਿੱਥੇ ਤੱਕ ਪਹੁੰਚੀ ਹੈ ਤਾਂ ਐਸਾ ਮਹਿਸੂਸ ਹੋਇਆ ਕਿ ਗੁਰੂ ਨਾਨਕ ਸਾਹਿਬ ਦਾ ਸਿੱਖ ਕਿਰਤੀ ਸਿੱਖ ਹੈ, ਮੰਗਤਾ ਨਹੀਂ ਹੈ। ਆਪ ਜੀ ਜਿੱਥੇ ਵੀ ਨਿਗਾਹ ਫੇਰ ਕੇ ਦੇਖ ਲਵੋ, ਭਾਵੇਂ ਗਰੀਬ ਹੋਵੇਗਾ ਪਰ ਮੰਗਤਾ ਨਹੀਂ ਹੋਵੇਗਾ, ਕਿਰਤੀ ਹੋਵੇਗਾ। ਕਿਉਂਕਿ ਤਿੰਨ ਮੰਤਰ ਗੁਰੂ ਨਾਨਕ ਸਾਹਿਬ ਨੇ ਦਿੱਤੇ ਨੇ ਕਿਰਤ ਕਰਨੀ, ਉਹਦੇ ਵਿੱਚੋਂ ਵੀ ਫਿਰ ਵੰਡ ਕੇ ਛਕਣਾ, ਫਿਰ ਨਾਮ ਜਪਣਾ। ਇੱਥੇ ਇੱਕ ਗੱਲ ਮੈਨੂੰ ਚੇਤੇ ਆਈ, ਆਪ ਜੀ ਦੇ ਸਾਹਮਣੇ ਰੱਖਾਂ। ਕੁਝ ਸਿੰਘਾਂ ਨੂੰ ਮੁਗਲਾਂ ਨੇ ਕੈਦ ਕਰ ਲਿਆ ਅਤੇ ਉਹਦੇ ਵਿੱਚ ਇੱਕ ਬੱਚਾ ਸੀ, ਇੱਕ ਜਵਾਨ ਸੀ ਔਰ ਤੀਜਾ ਸੀ ਅੱਧ ਖੜ ਉਮਰ ਦਾ ਚੌਥਾ ਬਜ਼ੁਰਗ। ਅਤੇ ਇਹਨਾਂ ਚਾਰ ਸਿੱਖ ਕੈਦੀਆਂ ਨੂੰ ਇੱਕੋ ਕਮਰੇ ਦੇ ਵਿੱਚ ਕੈਦ ਕੀਤਾ ਹੈ ਅਤੇ ਇੱਕ ਰੋਟੀ ਉਹਨਾਂ ਦੇ ਸਾਹਮਣੇ ਰੱਖੀ ਹੈ। ਕਹਿੰਦੇ ਨੇ ਇਹ ਕਿਸ ਤਰ੍ਹਾਂ ਵੰਡਦੇ ਨੇ ਅਤੇ ਕਿਸ ਤਰ੍ਹਾਂ ਖਾਂਦੇ ਨੇ। ਅਤੇ ਮੁਗਲ ਸੁਣ ਵੀ ਰਹੇ ਨੇ ਉਹਨਾਂ ਦੀ ਗੱਲਬਾਤ। ਬਜ਼ੁਰਗ ਕਹਿੰਦਾ ਹੈ ਬੱਚੇ ਨੂੰ ਤੂੰ ਖਾ ਲੈ, ਕਿਉਂਕਿ ਤੂੰ ਬੱਚਾ ਹੈ, ਤੈਨੂੰ ਭੁੱਖ ਲੱਗੀ ਹੋਵੇਗੀ, ਤੂੰ ਖਾ ਲੈ। ਅਤੇ ਬੱਚਾ ਕੀ ਕਹਿੰਦਾ ਹੈ, ਮੈਂ ਇਸ ਰੋਟੀ ਨੂੰ ਖਾ ਕੇ ਕਰਨਾ ਵੀ ਕੀ ਹੈ, ਆਪ ਜੀ ਨੇ ਤਾਂ ਜੰਗ ਵੀ ਜਿੱਤਣੀ ਹੈ। ਅਤੇ ਉਹ ਜਵਾਨ ਨੂੰ ਕਹਿੰਦਾ ਹੈ ਤੂੰ ਖਾ। ਅਤੇ ਜਵਾਨ ਕੀ ਕਹਿੰਦਾ ਹੈ, ਮੇਰੇ ਤੋਂ ਵੱਧ ਲੋੜ ਹੈ ਇਸ ਨੂੰ, ਜੋ ਮੇਰੇ ਤੋਂ ਵੱਡੀ ਉਮਰ ਦਾ ਹੈ, ਇਹ ਤੂੰ ਖਾ। ਅਤੇ ਤੀਜਾ ਕਹਿੰਦਾ ਹੈ, ਆਪਾਂ ਤਿੰਨੋਂ ਹੀ ਭੁੱਖੇ ਰਹਿ ਸਕਦੇ ਹਾਂ ਪਰ ਬਜ਼ੁਰਗ ਨੂੰ ਖਾਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ। ਜਦੋਂ ਬਜ਼ੁਰਗ ਦੇ ਹੱਥ ਵਿੱਚ ਰੋਟੀ ਪਹੁੰਚਦੀ ਹੈ, ਬਜ਼ੁਰਗ ਕਹਿੰਦਾ ਮੇਰਾ ਵੀ ਮਨ ਨਹੀਂ ਮੰਨਦਾ ਪਿਆ ਕਿ ਮੈਂ ਖਾਵਾਂ, ਕਿਉਂਕਿ ਮੇਰੇ ਸਾਹਮਣੇ ਬੱਚਾ ਬੈਠਾ ਹੋਵੇ, ਮੇਰਾ ਮਨ ਨਹੀਂ ਮੰਨਦਾ। ਜਵਾਨ ਨੇ ਯੁੱਧ ਕਰਨਾ ਹੈ, ਭੋਜਨ ਉਸ ਨੂੰ ਚਾਹੀਦਾ ਹੈ, ਮੇਰਾ ਮਨ ਨਹੀਂ ਮੰਨਦਾ ਕਿ ਮੈਂ ਖਾਵਾਂ। ਤਾਂ ਕਹਿੰਦੇ ਨੇ ਮੁਗਲਾਂ ਨੇ ਜਦੋਂ ਇਹ ਗੱਲ ਸੁਣੀ ਅਤੇ ਉਹਨਾਂ ਦੀ ਰਸਨਾ 'ਚੋਂ ਬੋਲ ਨਿਕਲੇ ਕਿ ਬਸ ਇਹੀ ਕਾਰਨ ਹੈ ਕਿ ਇਸ ਕੌਮ ਨੂੰ ਜਿੱਤਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਕਿਰਤ ਕਰਨਾ, ਵੰਡ ਕੇ ਛਕਣਾ ਅਤੇ ਫਿਰ ਨਾਮ ਜਪਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਪਿੰਡੇ ਨੂੰ ਜਿਹੜੀ ਸਵਾਹ ਮਲਦੇ ਨੇ ਜੋਗੀ, ਉਹਦਾ ਇੱਕ ਬਹੁਤ ਵੱਡਾ ਕਾਰਨ ਮੰਨਿਆ ਗਿਆ ਕਿ ਜੇ ਬਹੁਤੀ ਗਰਮੀ ਹੋਵੇ ਤਾਂ ਮਨੁੱਖ ਨੂੰ ਗਰਮੀ ਨਹੀਂ ਲੱਗਦੀ ਜੇ ਪਿੰਡੇ ਨੂੰ ਸਵਾਹ ਮਲੀ ਹੋਵੇ, ਜੇ ਬਹੁਤੀ ਸਰਦੀ ਹੋਵੇ, ਸਰਦੀ ਨਹੀਂ ਲੱਗਦੀ ਬਹੁਤੀ ਜੇ ਪਿੰਡੇ ਨੂੰ ਸਵਾਹ ਮਲੀ ਹੋਵੇ। ਅਤੇ ਇੱਕ ਹੋਰ ਅਰਜ਼ ਕਰਾਂ, ਕਿਤਨੇ ਕਿਤਨੇ ਦਿਨ ਜੋਗੀ ਇਸ਼ਨਾਨ ਨਹੀਂ ਕਰਦੇ ਅਤੇ ਸਰੀਰ ਦੇ ਵਿੱਚ ਫਿਰ ਜੀਵਾਣੂ ਪੈਦਾ ਨਹੀਂ ਹੁੰਦੇ, ਕੀਟਾਣੂ ਪੈਦਾ ਨਹੀਂ ਹੁੰਦੇ ਜੇ ਸਵਾਹ ਮਲੀ ਹੋਵੇ। ਇਹ ਕਾਰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਜੇ ਧਿਆਨ ਨਿਰੰਕਾਰ ਨਾਲ ਜੁੜਿਆ ਹੋਵੇ, ਕਿਤਨੀ ਵੀ ਤਪਸ ਹੋਵੇ ਨਹੀਂ ਲੱਗਦੀ, ਬਿਰਤੀ ਰੱਬ ਨਾਲ ਜੁੜੀ ਹੋਈ ਹੈ। ਬਿਰਤੀ ਰੱਬ ਨਾਲ ਜੁੜੀ ਹੋਵੇ, ਕਿਤਨੀ ਵੀ ਠੰਡਕ ਹੋਵੇ ਮਹਿਸੂਸ ਨਹੀਂ ਹੁੰਦੀ। ਧਿਆਨ ਕੀ ਕਰੇ ਬੇਬੋਤ, ਫਿਰ ਜਿੱਥੋਂ ਤੱਕ ਖਿੰਤਾ ਦੀ ਗੱਲ ਹੈ, ਗੋਦੜੀ ਦੀ ਗੱਲ ਹੈ ਕਿ ਮੋਢੇ 'ਤੇ ਇੱਕ ਗੋਦੜੀ ਆਉਂਦੀ ਹੈ, ਪਤਾ ਨਹੀਂ ਕਿਸ ਵੇਲੇ ਗੱਲ ਖਤਮ ਹੋ ਜਾਏ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕੱਲ੍ਹ ਨੂੰ ਚੇਤੇ ਰੱਖਣਾ, ਬਸ ਇਹੀ ਖਿੰਤਾ ਹੈ, ਹੋਰ ਕਿਸੇ ਖਿੰਤਾ ਦੀ ਲੋੜ ਨਹੀਂ। ਕੱਲ੍ਹ ਪਰਸੋਂ ਦੀ ਗੱਲ ਹੈ, ਮੈਂ ਹੈਰਾਨ ਹੋ ਗਿਆ ਦੇਖ ਕੇ ਤਸਵੀਰ,
ਆਪ ਜੀ ਤੱਕ ਖਬਰ ਪਹੁੰਚੀ ਹੋਵੇਗੀ। ਰਾਮਲੀਲਾ ਦੇ ਵਿੱਚ ਇੱਕ 35 ਸਾਲ ਦਾ ਜਵਾਨ ਜੋ ਹਰ ਸਾਲ ਆਪਣਾ ਰੋਲ ਅਦਾ ਕਰਦਾ ਹੈ, ਹਰ ਸਾਲ ਬਸ ਉਹਦਾ ਇੱਕੋ ਹੀ ਰੋਲ ਹੁੰਦਾ ਹੈ ਕਿਉਂਕਿ ਉਹ ਹਾਸੇ ਕਲਾਕਾਰ ਸੀ। ਕਹਿੰਦੇ ਨੇ ਆਪਣਾ ਪਾਰਟ ਅਦਾ ਕਰਦੀਆਂ ਕਰਦੀਆਂ ਬਹੁਤ ਖੁਸ਼ੀ ਦੇ ਨਾਲ ਖੁਦ ਵੀ ਹੱਸ ਰਿਹਾ ਹੈ, ਦੂਜਿਆਂ ਨੂੰ ਵੀ ਹੱਸਾ ਰਿਹਾ ਹੈ। ਹਸਾਉਂਦੀਆਂ ਹਸਾਉਂਦੀਆਂ ਆਪ ਹੀ ਉੱਥੇ ਡਿੱਗ ਪੈਂਦਾ ਹੈ ਅਤੇ ਉੱਥੇ ਹੀ ਪੂਰਾ ਹੋ ਜਾਂਦਾ ਹੈ। ਨਾ ਕੋਈ ਦੁੱਖ ਹੈ, ਨਾ ਕੋਈ ਤਕਲੀਫ ਹੈ, ਨਾ ਕੋਈ ਬੁਖਾਰ ਹੈ, ਨਾ ਕੋਈ ਐਸਾ ਖਿਆਲ ਕਿ ਮੌਤ ਆ ਰਹੀ, ਕੁਛ ਵੀ ਨਹੀਂ। ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਆਖਿਆ ਹੈ, ਹਮ ਆਦਮੀ ਹਾਂ ਇੱਕਦਮ। ਅੱਜ ਇੱਕ ਪੰਕਤੀ ਮੈਂ ਪੜ੍ਹ ਰਿਹਾ ਸੀ ਇੱਕ ਵਿਦਵਾਨ ਪੁਰਸ਼ ਦੀ, ਜਿਸ ਦਾ ਨਾਮ ਹੈ ਆਸਪੈਂਸਕੀ। ਬਹੁਤ ਵਿਦਵਾਨ ਗਣਿਤ ਅੱਗੇ ਹੋਇਆ ਹੈ ਅਤੇ ਫਿਰ ਉਹ ਜਾ ਕੇ ਗੁਰਜੀਏਫ ਦਾ ਸੇਵਕ ਬਣਿਆ, ਸ਼ਿਸ਼ਯ ਬਣਿਆ। ਉਸਨੇ ਬਹੁਤ ਖੂਬ ਪੰਕਤੀ ਲਿਖੀ, ਕਹਿੰਦਾ ਹੈ ਕੁਦਰਤ ਨੇ ਮਨੁੱਖ ਨੂੰ ਜਿੱਥੇ ਤੱਕ ਬਣਾਉਣਾ ਸੀ ਉਹ ਬਣਾ ਦਿੱਤਾ। ਧਿਆਨ ਦੇ ਨਾਲ ਸਮਝਣਾ, ਬਰੀਕ ਬੁੱਧੀ ਨਾਲ। ਜੇ ਇਸ ਤਰ੍ਹਾਂ ਮੈਂ ਅਰਜ ਕਰਾਂ ਕਿ ਪਸ਼ੂ ਪੰਛੀਆਂ ਨੂੰ, ਪੰਛੀਆਂ ਨੂੰ ਪਸ਼ੂ ਬਣਾਇਆ ਅਤੇ ਪਸ਼ੂਆਂ ਤੋਂ ਬਾਅਦ ਫਿਰ ਮਨੁੱਖ ਨੂੰ ਬਣਾਇਆ ਅਤੇ ਮਨੁੱਖ ਨੂੰ ਜਿਤਨਾ ਬਣਾਉਣਾ ਸੀ ਪ੍ਰਕਿਰਤੀ ਨੇ ਉਤਨਾ ਬਣਾ ਦਿੱਤਾ। ਅਤੇ ਉਹਦੇ ਸਾਹਮਣੇ ਤਿੰਨ ਪੜਾਅ ਹੋਰ ਰੱਖ ਦਿੱਤੇ ਨੇ ਕਾਦਰ ਨੇ, ਪਰਮਾਤਮਾ ਨੇ। ਤਿੰਨ ਅਵਸਥਾਵਾਂ ਉਹਦੇ ਸਾਹਮਣੇ ਰੱਖੀਆਂ ਨੇ, ਕਿਹੜੀਆਂ ਕਿਹੜੀਆਂ? ਕਹਿੰਦੇ ਨੇ ਜੇਕਰ ਤੂੰ ਪਰਮਾਤਮਾ ਦੀ ਬੰਦਗੀ ਕਰਕੇ ਉੱਚਾ ਜਾ ਸਕਦਾ ਹੈ, ਜਾ ਸਕਦਾ ਹੈ, ਰੱਬ ਵਿੱਚ ਇਕਮਿਕ ਹੋ ਸਕਦਾ ਹੈ, ਇਹ ਤੇਰੇ ਵਿੱਚ ਮੈਂ ਇਹ ਅਵਸਥਾ ਪਾਈ ਹੋਈ ਹੈ, ਤੇਰੇ ਵਿੱਚ ਇਹ ਤਾਕਤ ਮੈਂ ਪਾਈ ਹੈ, ਲੇਕਿਨ ਤੂੰ ਖੁਦ ਜਾ ਸਕਦਾ ਹੈ ਇਬਾਦਤ ਕਰਕੇ, ਭਗਤੀ ਕਰਕੇ। ਇਸ ਨੂੰ ਕਹਿੰਦੇ ਨੇ ਸੰਭਾਵਨਾ। ਹਰ ਇੱਕ ਬੀਜ ਵਿੱਚ ਸੰਭਾਵਨਾ ਹੈ ਦਰਖਤ ਬਣ ਸਕਦਾ ਹੈ, ਹਰ ਇੱਕ ਆਤਮਾ ਵਿੱਚ ਸੰਭਾਵਨਾ ਹੈ ਰੱਬ ਨਾਲ ਇੱਕਮਿਕ ਹੋ ਸਕਦੀ ਹੈ। ਦੂਜੀ ਸੰਭਾਵਨਾ ਕਿਹੜੀ ਹੈ? ਕਹਿਣ ਲੱਗੇ ਦੂਜੀ ਸੰਭਾਵਨਾ ਬਿਲਕੁਲ ਠੀਕ ਇਸ 'ਤੇ ਵਿਪਰੀਤ ਹੈ ਕਿ ਤੂੰ ਆਪਣੇ ਤਲ ਤੋਂ ਡਿੱਗ ਵੀ ਸਕਦਾ ਹੈ, ਗੁਨਾਹ ਕਰਕੇ, ਐਬ ਕਰਕੇ, ਗਲਤੀਆਂ ਕਰਕੇ ਤੂੰ ਡਿੱਗ ਵੀ ਸਕਦਾ ਹੈ। ਇੱਕ ਸੰਭਾਵਨਾ ਤੇਰੇ ਵਿੱਚ ਇਹ ਵੀ ਹੈ। ਕਹਿਣ ਲੱਗੇ ਤੀਜੀ ਸੰਭਾਵਨਾ ਕਿਹੜੀ ਹੈ? ਅਤੇ ਆਸਪੈਂਸਕੀ ਲਿਖਦਾ ਹੈ ਕਿ ਤੀਜੀ ਸੰਭਾਵਨਾ ਜਿਸ ਤਰ੍ਹਾਂ ਦਾ ਤੂੰ ਹੈ ਬਸ ਇਸੇ ਤਰ੍ਹਾਂ ਦਾ ਖਾ ਪੀ ਕੇ ਅਤੇ ਚੱਲੇ ਜਾਣਾ, ਇਹ ਤੀਜੀ ਹੈ। ਹੁਣ ਇਹ ਤਿੰਨ ਸੰਭਾਵਨਾ ਤੇਰੇ ਕੋਲ ਨੇ। ਜੇ ਇਸੇ ਤਰ੍ਹਾਂ ਤੂੰ ਜੀਵਨ ਨੂੰ ਮਿਟਾਉਣਾ ਚਾਹੁੰਦਾ ਹੈ, ਤਬਾਹ ਕਰਨਾ ਚਾਹੁੰਦਾ ਹੈ, ਤੇਰੀ ਮਰਜ਼ੀ। ਜੇ ਇੱਥੋਂ ਵੀ ਤੂੰ ਡਿੱਗਣਾ ਚਾਹੁੰਦਾ ਹੈ, ਤੇਰੀ ਮਰਜ਼ੀ। ਜੇ ਇੱਥੋਂ ਹੋਰ ਉੱਚਾ ਉੱਠਣਾ ਚਾਹੁੰਦਾ ਹੈ, ਤੇਰੀ ਮਰਜ਼ੀ। ਤੋ ਬਹੁਤੀ ਗਿਣਤੀ ਇਹਨਾਂ ਤਿੰਨਾਂ ਦੇ ਵਿੱਚ ਉਹਨਾਂ ਦੀ ਆਉਂਦੀ ਹੈ ਜੋ ਜਿੱਥੇ ਬੈਠੇ ਹਨ ਬਸ ਇਸੇ ਅਵਸਥਾ ਦੇ ਵਿੱਚ ਖਾਣਾ, ਪੀਣਾ, ਹੱਸਣਾ, ਸੌਣਾ ਔਰ ਫਿਰ ਚਲੇ ਜਾਣਾ। ਬਹੁਤੀ ਗਿਣਤੀ ਇਹਨਾਂ ਦੀ ਹੈ। ਬਹੁਤ ਥੋੜ੍ਹੀ ਗਿਣਤੀ ਉਹਨਾਂ ਦੀ ਹੈ ਜੋ ਆਪਣੇ ਤਲ ਤੋਂ ਡਿੱਗਦੇ ਨੇ, ਪਸ਼ੂ ਜੀਵਨ ਬਤੀਤ ਕਰਦੇ ਨੇ, ਔਰ ਬਹੁਤ ਥੋੜ੍ਹੇ ਐਸੇ ਜਿਨ੍ਹਾਂ ਦਾ ਤਲ ਉੱਚਾ ਉੱਠਦਾ ਹੈ, ਜਿਨ੍ਹਾਂ ਨੂੰ ਸਤ ਸੰਗਤ ਦੀ ਚਾਂਕ ਆਉਂਦੀ ਹੈ ਮੈਂ ਉੱਥੇ ਜਾਵਾਂ। ਇੱਕ ਮੈਂ ਹੋਰ ਅਰਜ ਕਰਾਂ, ਜੇ ਆਪਣੇ ਹੀ ਤਲ 'ਤੇ ਰਹਿ ਕੇ ਸਮਾਂ ਬਤੀਤ ਕਰਕੇ ਚਲਾ ਗਿਆ ਉਸਦਾ ਜਨਮ ਬਹੁਤ ਛੇਤੀ ਹੋ ਜਾਵੇਗਾ। ਜਿਹੜਾ ਆਪਣੇ ਤਲ 'ਤੇ ਗਿਰ ਗਿਆ
ਉਹਦਾ ਜਨਮ ਛੇਤੀ ਨਹੀਂ ਹੋਵੇਗਾ। ਜਿਹੜਾ ਆਪਣੇ ਤਲ ਤੋਂ ਉੱਚਾ ਹੋ ਗਿਆ ਜਨਮ, ਉਹਦਾ ਵੀ ਛੇਤੀ ਨਹੀਂ ਹੋਵੇਗਾ। ਜਿਹੜਾ ਉਸ ਤੋਂ ਵੀ ਉਤਾਂ ਚਲਾ ਗਿਆ ਉਹ ਵਕਤ ਹੋ ਗਿਆ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਗੱਲ ਖਤਮ ਹੋ ਗਈ। ਆਪ ਜੀ ਦੀ ਜਾਣਕਾਰੀ ਵਾਸਤੇ ਮੈਂ ਅੱਜ ਕਰ ਦੇਵਾਂ, ਜਨਮ ਛੇਤੀ ਕਿਉਂ ਨਹੀਂ ਹੋਵੇਗਾ, ਕਿਉਂਕਿ ਉਹਨੂੰ ਮਾਂ ਚਾਹੀਦੀ ਹੈ ਬਹੁਤ ਅੱਛੀ। ਜਿਹੜਾ ਆਪਣੇ ਤਲ ਤੋਂ ਗਿਰ ਗਿਆ ਉਹਦਾ ਜਨਮ ਛੇਤੀ ਇਸ ਕਰਕੇ ਨਹੀਂ ਹੋਵੇਗਾ, ਉਹਨੂੰ ਮਾਂ ਚਾਹੀਦੀ ਹੈ ਬਹੁਤ ਹੀ ਕਰੂਰ ਸੁਭਾਅ ਦੀ, ਬਹੁਤ ਹੀ ਕਰੂਰ। ਤਾਂ ਜਿਸ ਨੂੰ ਮੈਂ ਇਸ ਤਰ੍ਹਾਂ ਅਰਜ ਕਰਾਂ ਕਿ ਜੀਵਨ ਵਿੱਚ ਐਬ ਹੀ ਐਬ ਹਨ, ਹੋਰ ਕੁਛ ਨਹੀਂ ਹੈ। ਅਤੇ ਬਾਕੀ ਇੱਕ ਸਧਾਰਨ ਮਨੁੱਖ ਨੂੰ ਮਾਂ ਚਾਹੀਦੀ ਹੈ ਸਧਾਰਨ, ਅਤੇ ਉਹ ਹਰ ਪਾਸੇ ਮਾਂ ਤਿਆਰ ਹੈ, ਸਧਾਰਨ ਮਾਂ। ਥੋੜ੍ਹੀ ਜਿਹੀ ਬੰਦਗੀ ਵੀ ਕਰ ਲਈ, ਥੋੜ੍ਹੇ ਜਿਹੇ ਗੁਨਾਹ ਵੀ ਕਰ ਲਈ। ਇੱਕ ਸ਼ਾਇਰ ਲਿਖਦਾ ਹੈ ਕਿ ਮਸਜਿਦ ਮੈਂ ਦਾਨ ਵੀ ਕਰੋ ਔਰ ਹੋਟਲ ਮੈਂ ਬੈਠ ਕਰ ਮੈਂ ਵੀ ਪੀਓ। ਜੇ ਦਾਨ ਕਰਨਾ ਹੋਵੇ ਮਸਜਿਦ ਵਿੱਚ ਦਾਨ ਵੀ ਕਰਨਾ, ਔਰ ਜੇ ਹੋਟਲ ਵਿੱਚ ਬੈਠ ਕੇ ਸ਼ਰਾਬ ਵੀ ਪੀਣੀ ਹੋਵੇ ਪੀ ਲੈਣਾ, ਕਿਉਂ? ਕਹਿੰਦੇ ਨੇ ਸ਼ੈਤਾਨ ਵੀ ਬੇਜ਼ਾਰ ਨਾ ਹੋਵੇ ਔਰ ਪਰਮਾਤਮਾ ਵੀ ਨਾਰਾਜ਼ ਨਾ ਹੋਵੇ। ਦੋਵਾਂ ਨੂੰ ਮਨਾ ਕੇ ਰੱਖਣਾ, ਸ਼ੈਤਾਨ ਨੂੰ ਵੀ ਮਨਾ ਕੇ ਰੱਖਣਾ, ਰੱਬ ਨੂੰ ਵੀ ਮਨਾ ਕੇ ਰੱਖਣਾ। ਮਸਜਿਦ ਵਿੱਚ ਦਾਨ ਕੀਤਾ, ਰੱਬ ਮੰਨ ਗਿਆ, ਔਰ ਸ਼ੈਤਾਨ ਨੂੰ ਵੀ ਮੰਨਣਾ, ਕਹਿੰਦੇ ਨੇ ਫਿਰ ਹੋਟਲ ਵਿੱਚ ਜਾ ਕੇ ਐਬ ਵੀ ਕਰ ਲਏ, ਗੁਨਾਹ ਵੀ ਕਰ ਲਏ, ਦੋਵੇਂ ਹੀ ਰਾਜ਼ੀ ਰਹਿਣ। ਐਸੇ ਮਨੁੱਖ ਦਾ ਜਨਮ ਵਾਰ ਵਾਰ। ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਹਰ ਵੇਲੇ ਕਾਲ ਨੂੰ ਯਾਦ ਰੱਖਣਾ, ਬਸ ਇਹੀ ਮੇਰੇ ਵਾਸਤੇ ਖਿੰਤ ਹੈ। ਸਵਾਲ ਕੀਤਾ ਜੋਗੀਆਂ ਨੇ, ਇੱਕ ਗੱਲ ਦੱਸੋ, ਨਾਮ ਸਿਮਰਨ ਦੀ ਜੁਗਤੀ ਕੀ ਹੈ, ਕਿਸ ਤਰ੍ਹਾਂ ਗਾਈਏ ਨਾਮ? ਔਰ ਹਰ ਇੱਕ ਮਨੁੱਖ ਦਾ ਇਹੀ ਸਵਾਲ ਹੁੰਦਾ ਹੈ, ਜੇ ਸਿਮਰਨ ਕਰਨਾ ਹੋਵੇ ਕਿਸ ਤਰ੍ਹਾਂ ਕਰੀਏ, ਪਾਠ ਕਰਨਾ ਹੋਵੇ ਕਿਸ ਤਰ੍ਹਾਂ ਕਰੀਏ। ਅਤੇ ਕਈ ਦਫ਼ਾ ਮੈਂ ਹੈਰਾਨ ਹੋ ਜਾਂਦਾ, ਗੁਸਤਾਖੀ ਮਾਫ, 70-70 ਸਾਲ ਦੀ ਉਮਰ ਬਤੀਤ ਹੋ ਗਈ ਅਤੇ ਹਾਲੇ ਵੀ ਪੁੱਛ ਲੈਂਦੇ ਨੇ ਸਿਮਰਨ ਕਿਸ ਤਰ੍ਹਾਂ ਕਰੀਏ, ਨਾਮ ਕਿਸ ਤਰ੍ਹਾਂ ਜਪੀਏ। ਤਾਂ ਤਮਾਮ ਧਾਰਮਿਕ ਪੁਰਸ਼ਾਂ ਦਾ ਇਹ ਜਵਾਬ ਹੈ, ਜੈਸੇ ਭੂਖੇ ਖਾਵਤ ਲਾਚ ਨਾ ਆਵੇ। ਜੇ ਆਪ ਜੀ ਨੂੰ ਭੁੱਖ ਲੱਗੀ ਹੋਵੇ ਤਾਂ ਆਪ ਜੀ ਉਸ ਵੇਲੇ ਕੀ ਕਰਦੇ ਹੋ? ਪੰਗਤ ਬੈਠੀ ਹੋਵੇ, ਲੰਗਰ ਵੰਡਿਆ ਜਾ ਰਿਹਾ, ਕਹਿਣ ਲੱਗੇ ਜਦੋਂ ਤੱਕ ਅਸੀਂ ਜੈਕਾਰਾ ਨਹੀਂ ਬੁਲਾਵਾਂਗੇ ਕਿਸੇ ਨੇ ਵੀ ਨਹੀਂ ਖਾਣਾ। ਹੁਣ ਜੇ ਭੁੱਖ ਲੱਗੀ ਹੋਵੇ ਤਾਂ ਜੈਕਾਰੇ ਦਾ ਇੰਤਜ਼ਾਰ ਕੌਣ ਕਰੇਗਾ? ਕਿਵਾਂ ਕਰਨ ਭੁੱਖ ਲੱਗੀ ਹੋਵੇ? ਤਾਂ ਕਈ ਪ੍ਰੇਮੀਆਂ ਨੂੰ ਦੇਖਦੇ ਹਾਂ ਕਿ ਥੋੜ੍ਹਾ ਜਿਹਾ ਆਪਣਾ ਮੁੱਖੜਾ ਚੁਰਾ ਕੇ ਇੱਕ ਦੋ ਗ੍ਰਾਈ ਪਾ ਲੈਂਦੇ ਨੇ ਮੂੰਹ ਦੇ ਵਿੱਚ, ਜਦੋਂ ਤੱਕ ਜੈਕਾਰਾ ਛੱਡਣਗੇ ਉਦੋਂ ਤੱਕ ਕੁਛ ਤਾਂ ਖਾਈਏ, ਭੁੱਖ ਲੱਗੀ ਹੋਈ। ਜੈਸੇ ਭੂਖੇ ਖਾਵਤ ਲਾਚ ਨਾ ਆਵੇ। ਤਾਂ ਜੇ ਕਿਧਰੇ ਭਜਨ ਦੀ ਭੁੱਖ ਲੱਗੀ ਹੋਵੇ ਤਾਂ ਕੋਈ ਮਨੁੱਖ ਇੰਤਜ਼ਾਰ ਕਰੇਗਾ ਕਿ 4 ਵਜਣਗੇ, ਪ੍ਰਕਾਸ਼ ਹੋਵੇਗਾ, ਮੈਂ ਤਾਂ ਹੀ ਗੁਰਦੁਆਰੇ ਜਾਵਾਂਗਾ, ਭੁੱਖ ਲੱਗੀ ਹੈ, ਮਨ ਕਰਦਾ ਹੈ ਮੈਂ ਜਾਣਾ ਹੈ। ਜਾਂ ਫਿਰ ਘਰ ਹੀ ਬੈਠ ਕੇ ਆਪਣਾ ਪਾਠ ਸ਼ੁਰੂ ਕਰ ਲੈਂਦੇ ਨੇ, ਭੁੱਖ ਲੱਗੀ ਹੈ ਭਜਨ ਦੀ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਇੱਕੋ ਹੀ ਜੁਗਤੀ ਹੈ, ਔਰ ਉਹ ਹੈ ਕੁਆਰੀ ਕਾਇਆ ਜੁਗਤ। ਜੇ ਦੀਵਾ ਜਗਣਾ ਹੋਵੇ ਤਾਂ ਉਹਦੇ ਵਿੱਚ ਤੇਲ ਚਾਹੀਦਾ ਹੈ, ਬੱਤੀ ਚਾਹੀਦੀ ਹੈ, ਦੀਵਾ ਚਾਹੀਦਾ ਹੈ, ਦੀਆ ਸਲਾਈ ਚਾਹੀਦੀ ਹੈ। ਆਪ ਜੀ ਦਾ ਜੋ ਸਰੀਰ ਹੈ ਇਹ ਦੀਪਕ ਹੈ,
इस दीपक दे विच देह दे विच जो तत् है परमात्मा दा ए तेल है और प्रभु दा नाम ए बत्ती है। मैं फिर अर्ज करा इहदे विच तेल भी है इहदे विच बत्ती भी है और ए दीपक देह है शरीर दीपक है कौन जगाएगा इस नूं जगदा होया दीवा ही इस दीवे नूं जगा सकदा है। हुण जगदा होया दीवा कौन है गुरु इसे करके गुरु नानक साहिब नूं किसी ने कह दिता कि यह तो सूरज है पर एक विद्वान कहता नहीं सूरज नहीं है यह चिराग है बलियो चिराग अंधियार में गुरबाणी दे बोल भी वो कहता है मैं गुरु नानक साहिब नो सूरज दे नाल तस्वीर दिती है ये तुसी इसनु चिराग कह रहे हो कह लगे हाँ चिराग सूरज दे नाल एक होर सूरज तैयार नहीं किया जा सकता दीवे नाल दूजा दीवा जगाया जा सकता है। ध्यान देना ते जेकर कोई जले हुए दीपक दे नाल बैठे वह भी जगदा है। हुण बुझे हुए दीपक नाल बैठना मेरे कुछ भी हासिल नहीं होंदा तो किसी ने सवाल किया ज्ञानी जी एक गल दसना जरा कि जितने भी धर्म हैं जिवें जैन धर्म बौद्ध धर्म ईसाई धर्म मुस्लिम धर्म जितने भी हैं मुबारक सारे सारे नूं नमस्कार है किसी की निंदा नहीं जिहड़ा उसने सवाल किया वह बहुत ही ध्यान देने योगा से कि गुरु नानक साहिब दे आले दुआले बहुती जमात कट्ठी क्यों नहीं हो पाई कारण की है जे इस तरह कहां सिख बहुते क्यों नहीं बन पाए की कारण है जमात कट्ठी क्यों नहीं हुई गुरु नानक साहिब दे आले दुआले जदों के गुरु नानक ही एक ऐसा रैबर पुरश है रैबर पुरश सारे ही नमस्कार सिजदा सारियां दा अदब है पर जितने भी रैबर पुरश हैं उन्हां दे विच्चों एको ही रैबर पुरश ऐसा है जिसने सारे विश्व दे विच भ्रमण कीता है मेरे ख्याल दे विच दूजा कोई नहीं है जिथों तक मेरी अपनी समझ है। फिर दुनिया दे विच इको ही रैबर पुरश है जिस ते आदर ते सत्कार दे वजों समाधि भी बनी हुई है ते मुसलमानों ने अपने ढंग दे नाल स्थान भी बनाया है मजार भी बनाई वो वक्री गल है कि एक गल रावी दरिया नूं भी कबूल नहीं हुई तो ऐसा हड़ आया कि वह दोवें थां खत्म हो गए पर वह विद्वान कहता है इको एक रैबर पुरश है जिहदे अदब दे विच हिंदू और मुसलमान दोवां ने अस्थान वखरे वखरे बनाए थे इको ही रैबर पुरश है गुरु नानक। तो सवाल से बहुती जमात इकट्ठी क्यों नहीं हो पाई तो एक दार्शनिक होया वो कहता है जिथों तक मेरे को जवाब है मैं देना जवाब दिता बहुत प्यारा दिता जवाब कहन लगे एक भक्ता होया अंगारा होवे भखरिया है ते अंगारे दे कोल बैठना जेड़ा अंगारा भखरिया है उहदे कोल बैठना बहुत औखा है बुझी हुई राख दे कोल बैठना बहुत सौखा है। बखदा होया अंगारा मनुख नूं साड़दा है बुझी हुई राख मनुख नूं गंदा ही करती है और कुछ नहीं करती। हुण राख दे आले दुआले बैठण ते की फर्क पैंदा है कुछ नहीं बैठे रहो सारी जिंदगी
ਜੇ ਭਖਦੇ ਹੋਏ ਅੰਗਾਰੇ ਕੋਲ ਬੈਠੀਏ ਤਾਂ ਉਹ ਤਪਸ ਦਿੰਦਾ ਹੈ। ਉਹ ਕਹਿੰਦਾ ਦੇਖ ਤੇਰੇ ਵਿੱਚ ਜਿਹੜੀ ਈਰਖਾ ਹੈ ਉਸਨੂੰ ਇਹਦੇ ਵਿੱਚ ਸਾੜ, ਤੇਰੇ ਵਿੱਚ ਜੋ ਹੰਕਾਰ ਹੈ ਮੈਂ ਉਸਨੂੰ ਸਾੜਨਾ ਹੈ, ਕਿਉਂਕਿ ਸੋਨਾ ਤਪਦਾ ਹੈ ਔਰ ਤਪਦੀਆਂ ਤਪਦੀਆਂ ਜਦੋਂ ਸਾਰੀ ਦੀ ਸਾਰੀ ਉਹਦੇ ਵਿੱਚ ਖੋਟ ਖਤਮ ਹੋ ਜਾਂਦੀ ਹੈ ਫਿਰ ਸ਼ੁੱਧ ਸੋਨਾ ਹੈ। ਕਹਿੰਦੇ ਨੇ ਨਾਨਕ ਭਖਦਾ ਹੋਇਆ ਅੰਗਾਰਾ ਹੈ, ਉਹੀ ਬੈਠੇਗਾ ਜਿਹਦੇ ਕੋਲ ਹਿੰਮਤ ਹੈ, ਬਾਕੀ ਨਹੀਂ। ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ।